ਬਾਬਾ ਸੁਥਰੇ ਸ਼ਾਹ ਜੀ ਦਾ ਡੇਰਾ ਕਰਕੇ ਇੱਥੇ ਜਿਹੜਾ ਜਾਣਿਆ ਜਾਂਦਾ ਤੇ ਇਹ ਹੈਗੀ ਹੈ ਜੀ ਸੰਗਤ ਗਲੀ। ਸੰਗਤ ਗਲੀ ਇਸਕੋ ਬੋਲਦੇ ਨਾ, ਸੰਗਤ ਗਲੀ। ਤੇ ਮੈਂ ਤੁਹਾਨੂੰ ਬਾਹਰੋਂ ਵੀ ਵਿਖਾ ਦੇਵਾਂ ਥੋੜਾ ਜਿਹਾ। ਇਹ ਸਮੀਰ ਤੱਕੀਆ ਇਲਾਕੇ ਦਾ ਨਾਮ ਹੈ ਜੀ, ਸਾਹਮਣੇ ਨੇੜੇ ਦੁਰਗਾ ਮੰਦਿਰ ਹੈ ਤੇ ਉਹ ਇੱਧਰ ਇਲਾਕਾ ਜੀ। ਇਹ ਮੈਨੂੰ ਹੁਣੇ ਜਾਣਕਾਰੀ ਇੱਕ ਆਪਣਾ ਪੰਡਤੀਆਂ ਤੋਂ ਮਿਲੀ, ਜਿਹੜੇ ਪਰਿਵਾਰ ਨੇ ਬਖੋਰੀ ਲਾਲ ਜੀ ਦਾ, ਜਿਨ੍ਹਾਂ ਦਾ ਹੁਕਮਨਾਮਾ ਸਾਹਿਬ ਉਹਨਾਂ ਦੇ ਕੋਲ ਹੈ ਤੇ ਉਸ 1755 ਦਾ ਹੁਕਮਨਾਮਾ ਉਸ ਪਰਿਵਾਰ ਕੋਲ ਆ। ਉਹਨਾਂ ਤੋਂ ਹੀ ਮੈਨੂੰ ਅੱਗੇ ਹੁਣ ਪਤਾ ਲੱਗਿਆ ਕਿ ਇਹ ਜਿਹੜਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਜਿਹੜਾ ਅਸਲੀ ਜਗ੍ਹਾ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਇਸ ਜਗ੍ਹਾ ਤੇ ਆ ਕੇ ਬੈਠੇ ਸਨ ਤੇ ਬਾਬਾ ਸੁਥਰੇ ਸ਼ਾਹ ਜੀ ਦੀ ਜਗ੍ਹਾ, ਬਾਬਾ ਸੁਥਰੇ ਸ਼ਾਹ ਜੀ ਦਾ ਡੇਰਾ ਕਰਕੇ ਜਾਣਿਆ ਜਾਂਦਾ। ਇਹ ਇੱਥੇ ਪੁਰਾਤਨ ਖੂਹੀ ਵੀ ਹੈਗੀ ਆ, ਸ਼ਾਇਦ ਤੁਸੀਂ ਦੇਖ ਰਹੇ ਹੋਵੋ। ਤੇ ਇਹ ਉਹ ਪੁਰਾਤਨ ਜਗ੍ਹਾ ਜੀ। ਮੈਂ ਤੁਹਾਨੂੰ ਅੰਦਰ ਵੀ ਮੈਂ ਤੁਹਾਨੂੰ ਮੇਨ ਜਿਹੜਾ ਸਥਾਨ ਹੈ ਉਹ ਵੀ ਵਿਖਾ ਦੇਵਾਂ। ਹੁਣ ਇੱਥੇ ਇੱਕ ਪਰਿਵਾਰ ਵੈਸੇ ਉਹਨਾਂ ਦੀ ਰਹਿ ਰਹੇ ਨੇ ਤੇ ਇਹ ਜਗ੍ਹਾ ਦੇ ਅੰਦਰ ਜੀ ਹੈਗਾ, ਮਤਲਬ ਹੁਣ ਇਹ ਬਿਲਕੁਲ ਹਨੇਰਾ ਬਿਲਕੁਲ ਤੇ ਪੁਰਾਤਨ ਜਗ੍ਹਾ ਜਿਹੜੀ ਹੈਗੀ ਆ ਉਹ ਖੁੱਲਦੇ ਨੇ ਤੇ ਠੀਕ ਹੈ ਜੀ। ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਅਸਥਾਨ ਆ ਗਯਾ ਸ਼ਹਿਰ ਦੇ ਵਿੱਚ, ਪਟਨਾ ਸਾਹਿਬ ਤੋਂ 107 ਕਿਲੋਮੀਟਰ ਤੇ ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।